ਪੰਜਾਬ ਕੈਬਨਿਟ ਦੀ ਮੀਟਿੰਗ ਦੀ ਜਿਸ ਵਿੱਚ ਕਈ ਅਹਿਮ ਫੈਸਲੇ ਬੀਤੇ ਦਿਨੀ ਲਏ ਗਏ ਪਿੰਡਾਂ ਦੇ ਬਕਾਇਆ ਪਾਣੀ ਬਿੱਲ ਮੁਆਫ ਕੀਤੇ ਜਾਣ ਸੰਬੰਧੀ ਕੈਬਨਿਟ ਦੇ ਵਿੱਚ ਬੀਤੇ ਦਿਨੀ ਮੋਹਰ ਲੱਗ ਗਈ ਹੈ ਸੋ ਪੰਜਾਬ ਕੈਬਨਿਟ ਦੀ ਬੀਤੇ ਦਿਨੀ ਮੀਟਿੰਗ ਹੋਈ ਜਿਸ ਵਿੱਚ ਕਈ ਅਹਿਮ ਮੁੱਦੇ ਵਿਚਾਰੇ ਗਏ ਫੈਸਲੇ ਲਏ ਗਏ ਜਿਨ੍ਹਾਂ ਵਿੱਚ ਪਿੰਡਾਂ ਦੇ ਬਕਾਇਆ ਪਾਣੀ ਬਿੱਲ ਮੁਆਫ ਕਰਨ ਦਾ ਸੰਬੰਧੀ ਕੈਬਨਿਟ ਦੇ ਵਿੱਚ ਇੱਥੇ ਮੋਹਰ ਲੱਗੀ ਨਰਮੇ ਦੀ ਫਸਲ ਦੇ ਨੁਕਸਾਨ ਤੇ 17,000 ਪ੍ਰਤੀ ਏਕੜ ਨੂੰ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਮੁੱਖ ਮੰਤਰੀ ਚੰਨੀ ਵੱਲੋਂ ਕੀਤਾ ਗਿਆ ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬੀ ਭਾਸ਼ਾ ਵਿੱਚ 10ਵੀਂ ਪਾਸ ਹੋਣਾ ਹੁਣ ਲਾਜ਼ਮੀ ਹੋਵੇਗਾ ਸੂਬੇ ਵਿੱਚ 400 ਏਕੜ ਜ਼ਮੀਨ ਤੇ ਬਣਾਏ ਜਾਣਗੇ 25,000 EWS ਮਕਾਨ ਦੱਸ ਦਈਏ ਕਿ ਪੰਜਾਬ ਦੇ 229 ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਇਹ ਵੀ ਜਿਹੜਾ ਹੈ ਮੁੱਖ ਮੰਤਰੀ ਚੰਨੀ ਨੇ ਇਸ ਬਾਬਤ ਜਿਹੜੀ ਜਾਣਕਾਰੀ ਦਿੱਤੀ ਆਟੋ ਚਾਲਕਾਂ ਦਾ ਟੈਕਸ ਜੁਰਮਾਨਾ ਅਤੇ ਬਕਾਇਆ ਜਿਹੜਾ ਹੈ ਉਹ ਮਾਫ ਕੀਤੇ ਜਾਣ ਦਾ ਵੀ ਐਲਾਨ ਬੀਤੇ ਦਿਨ ਦੀ ਕੈਬਨਿਟ ਦੀ ਮੀਟਿੰਗ ਵਿੱਚ ਕੀਤਾ ਗਿਆ ਬੀਤੇ ਦਿਨੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਈ ਮੁੱਦੇ ਸਨ ਜਿਨ੍ਹਾਂ ਤੇ ਵਿਚਾਰਾਂ ਹੋਈਆਂ ਤੇ ਕਈ ਅਹਿਮ ਫੈਸਲੇ ਲਏ ਗਏ ਔਰ ਇਸ ਨੂੰ ਲੈ ਕੇ ਐਲਾਨ ਮੁੱਖ ਮੰਤਰੀ ਚੰਨੀ ਵੱਲੋਂ ਕੀਤਾ ਗਿਆ ਜਿਨ੍ਹਾਂ 'ਚ ਪਿੰਡਾਂ ਦੇ ਬਕਾਇਆ ਪਾਣੀ ਬਿੱਲ ਮੁਆਫ ਕੀਤੇ ਜਾਣ ਸੰਬੰਧੀ ਕੈਬਨਿਟ ਦੇ ਵਿੱਚ ਉੱਥੇ ਮੋਹਰ ਬੀਤੇ ਦਿਨ ਲੱਗੀ ਹੈ ਉੱਥੇ ਹੀ ਨਰਮੇ ਦੀ ਫਸਲ ਦੇ ਨੁਕਸਾਨ ਤੇ 17,000 ਪ੍ਰਤੀ ਏਕੜ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਵੀ ਮੁੱਖ ਮੰਤਰੀ ਚੰਨੀ ਵੱਲੋਂ ਕੀਤਾ ਗਿਆ ਨਾਲ ਹੀ ਪੰਜਾਬ ਦੀ ਸਰਕਾਰੀ ਨੌਕਰੀ ਲਈ ਹੁਣ ਪੰਜਾਬੀ ਭਾਸ਼ਾ ਵਿੱਚ 10ਵੀਂ ਪਾਸ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਦੱਸ ਦਈਏ ਕਿ ਸੂਬੇ 400 ਏਕੜ ਜ਼ਮੀਨ ਤੇ ਬਣਾਏ ਹੁਣ 25,000 ਦੀ EWS ਮਕਾਨ ਬਣਾਏ ਜਾਣਗੇ